ਲੋਕ ਸਭਾ ਇਲੈਕਸ਼ਨਸ ਲਈ ਜਿਹੜੀ ਪੋਲਿੰਗ ਪ੍ਰਕਿਰਿਆ ਉਹ ਜਾਰੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਵਾਰ ਕਈ ਆਦਰਸ਼ ਪੋਲਿੰਗ ਬੂਥ ਵੀ ਸਥਾਪਿਤ ਕੀਤੇ ਗਏ। ਇੱਥੇ ਹੁਣ ਅਸੀਂ ਗੱਲ ਕਰਾਂਗੇ ਜਿਹੜੇ ਇੱਥੋਂ ਦੇ ਬੂਥ ਸੁਪਰਵਾਈਜ਼ਰ ਹੈਗੇ ਨੇ ਉਹਨਾਂ ਤੋਂ ਪੁੱਛਦੇ ਹਾਂ ਕੀ ਇੰਤਜ਼ਾਮਾਤ ਕੀਤੇ ਗਏ ਨੇ ਜਿਹੜੇ ਲੋਕ ਇੱਥੇ ਆਪਣੀ ਵੋਟ ਪਾਉਣ ਵਾਸਤੇ ਆ ਰਹੇ ਨੇ। ਜੀ ਸੁਪਰਵਾਈਜ਼ਰ ਸਾਹਿਬ ਤੁਸੀਂ ਦੱਸੋ ਜੀ ਕੀ ਇੰਤਜ਼ਾਮ ਕੀਤੇ ਗਏ ਨੇ, ਜਿਹੜਾ ਮਾਡਲ ਪੋਲਿੰਗ ਬੂਥ ਬਣਾਇਆ ਗਿਆ ਉਹਦੇ ਬਾਰੇ ਕੀ ਇੰਤਜ਼ਾਮ ਹੈਗੇ ਨੇ ਉਹਦੇ ਬਾਰੇ ਦੱਸੋ ਜੀ। ਹਾਂਜੀ ਹੈਲੋ, ਇੱਕ ਮਿੰਟ ਗੱਲ ਕਰਦੇ ਜੀ। ਜੀ ਸਰ ਕੀ ਇੰਤਜ਼ਾਮ ਸਾਡੇ ਨਾ ਇਹ ਸਪੈਸ਼ਲ ਜਿਹੜਾ ਬਣਾਇਆ ਗਿਆ ਮਾਡਲ ਪੋਲਿੰਗ ਬੂਥ, ਇੱਥੇ ਜਿਹੜੇ ਵੋਟਰਸ ਵਾਸਤੇ ਬੈਠਣ ਵਾਸਤੇ ਕੁਰਸੀਆਂ ਕਾਰਪੇਟ ਵਗੈਰਾ ਅੰਦਰੋਂ ਜਿਹੜੀ ਡੈਕੋਰੇਸ਼ਨ ਕੀਤੀ ਗਈ, ਵੀਲ ਚੇਅਰ ਦਾ ਇੰਤਜ਼ਾਮ ਕੀਤਾ ਗਿਆ, ਕਿਸੇ ਵੀ ਲਾਈਟ ਦੀ ਔਫ ਹੁੰਦੇ ਦੇ ਉਹਦੇ ਵਾਸਤੇ ਲਾਈਟਿੰਗ ਦਾ ਇੰਤਜ਼ਾਮ, ਜਨਰੇਟਰ ਵਗੈਰਾ ਦਾ ਸਾਰਾ ਕੀਤਾ ਗਿਆ, ਛਾਂ ਵਾਸਤੇ ਸਾਰੇ ਟੈਂਟ ਵਗੈਰਾ ਲਗਾਏ ਗਏ ਆ ਅਤੇ ਤਾਂ ਕਿ ਜਿਹੜੀ ਆ ਜਿਹੜੇ ਵੋਟਰਸ ਨੂੰ ਵੱਧ ਤੋਂ ਵੱਧ ਫੈਸਿਲਿਟੀ ਮਿਲੇ ਅਤੇ ਬੈਠਣ ਵਾਸਤੇ ਹੋਰ ਵੀ ਬਣਾਏ ਗਏ ਜਿਹੜੇ ਉਹਨਾਂ ਨੇ ਕੋਈ ਪੁਆਇੰਟ ਆਊਟ ਕੀਤੇ ਆ, ਹੋਰ ਵੀ ਇਸ ਤਰ੍ਹਾਂ ਦੇ ਬਣਾਏ ਗਏ ਆ ਅਤੇ ਕਾਫੀ ਫੈਸਿਲਿਟੇਟ ਹੋ ਰਹੇ ਵੋਟਰ ਜਿਹੜੇ ਆ ਰਹੇ। ਹਾਂਜੀ ਹਾਂਜੀ, ਲੋਕਾਂ ਨੂੰ ਬੜੀ ਫੈਸਿਲਿਟੀ ਹੋ ਰਹੀ ਹੈ। ਪਹਿਲਾਂ ਕਿਸੇ ਵੇਲੇ ਧੁੱਪ ਦੇ ਵਿੱਚ ਪ੍ਰੋਬਲਮ ਆਉਂਦੀ ਸੀ, ਇੱਥੇ ਸ਼ੇਡ ਲੱਗੀ ਆ, ਹਰ ਕੋਈ ਬੰਦਾ ਛਾਂ ਦੇ ਵਿੱਚ ਬੈਠਦਾ ਕੁਰਸੀਆਂ 'ਤੇ ਆਰਾਮ ਨਾਲ, ਵੇਟਿੰਗ ਦੇ ਵਿੱਚ ਜਿਹੜੇ ਹੈਗੇ ਆ ਉਹ ਸਾਰੇ ਲੋਕ ਆਰਾਮ ਨਾਲ ਬੈਠ ਕੇ ਵੇਟ ਕਰਦੇ ਆ, ਲਾਈਨ ਦੇ ਵਿੱਚ ਬਹੁਤਾ ਖਲੋਣ ਦੀ ਧੁੱਪੇ ਖਲੋਣ ਦੀ ਲੋੜ ਨਹੀਂ, ਛਾਵੇਂ ਬੈਠਦੇ ਛਾਵੇਂ ਬੈਠ ਕੇ ਆਪਣੀ ਵੋਟਿੰਗ ਕਰ ਰਹੇ ਜੀ। ਬਿਲਕੁਲ ਮਾਡਲ ਪੋਲਿੰਗ ਬੂਥ ਜਿਹੜਾ ਸਥਾਪਿਤ ਕੀਤਾ ਗਿਆ, ਇੱਥੇ ਵੀਲ ਚੇਅਰ ਵੀ ਲੱਗੀ ਹੋਈ ਹੈ ਜੀ। ਬਾਈ ਦੇ ਵੇ ਕੋਈ ਦਿਵਿਆਂਗ ਜਿਹੜਾ ਹੈਗਾ ਉਹ ਵੋਟ ਪੋਲ ਕਰਨ ਨਹੀਂ ਆਉਂਦਾ ਅਤੇ ਉਹਦੇ ਵਾਸਤੇ ਵੀਲ ਚੇਅਰ ਵੀ ਲੱਗੀ ਹੋਈ ਹੈ। ਬੱਤੀ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ, ਜਨਰੇਟਰ ਰੱਖਿਆ ਗਿਆ। ਜੇ ਬਾਈ ਦੇ ਵੇ ਕਿਤੇ ਲਾਈਟ ਜਾਂਦੀ ਵੀ ਹੈ ਤਾਂ ਜਨਰੇਟਰ ਦੀ ਸਹੂਲਤ ਦਿੱਤੀ ਗਈ ਹੈ। ਤੁਸੀਂ ਦੇਖ ਸਕਦੇ ਹੋ ਇੱਥੇ ਕੁਰਸੀਆਂ ਵੀ ਹੈਗੀਆਂ ਨੇ ਲੋਕਾਂ ਵਾਸਤੇ ਜਿਹੜੇ ਇੱਥੇ ਵੋਟ ਪਾਉਣ ਵਾਸਤੇ ਆਉਣਗੇ ਉਹਨਾਂ ਦੀ ਫੈਸਿਲਿਟੀ ਉਹਨਾਂ ਨੂੰ ਕਰਨ ਵਾਸਤੇ। ਕੁਰਸੀਆਂ ਦਾ ਵੀ ਇੰਤਜ਼ਾਮ ਕੀਤਾ ਗਿਆ, ਛਾਂ ਦਾ ਵੀ ਇੰਤਜ਼ਾਮ ਕੀਤਾ ਗਿਆ, ਸ਼ਮਿਆਨੇ ਲੱਗੇ ਹੋਏ ਨੇ। ਔਰ ਜ਼ਿਲ੍ਹਾ ਪ੍ਰਸ਼ਾਸਨ ਦੀ ਗੱਲ ਕੀਤੀ ਹੋਈ ਕਾਫੀ ਵਧੀਆ ਕੋਸ਼ਿਸ਼ ਹੈਗੀ ਹੈ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਹਲਕੇ ਵਾਈਜ਼ ਜਿਹੜੇ ਬੂਥ ਹੈਗੇ ਨੇ ਪੋਲਿੰਗ ਬੂਥ ਜਿਹੜੇ ਮਾਡਲ ਪੋਲਿੰਗ ਬੂਥ ਜਿਹੜੇ ਉਹ ਸਥਾਪਿਤ ਕੀਤੇ ਨੇ। ਕੈਮਰਾ ਪਰਸਨ ਮੁਕੇਸ਼ ਬਾਵਾ ਦੇ ਨਾਲ ਸਿਕੰਦਰ ਪਸੀਚਾ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ।